ਧੀ ਦੇ ਵਿਆਹ 'ਚ ਮਾਂ ਨੂੰ ਨੱਚਣਾ ਪੈ ਗਿਆ ਮਹਿੰਗਾ। ਮੁੰਡੇ ਵਾਲਿਆਂ ਨੇ ਵਿਆਹ ਨੂੰ ਦੇ ਦਿੱਤਾ ਜਵਾਬ। ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਤੁਸੀਂ ਇਸ ਮਾਂ ਦਾ ਡਾਂਸ ਦੇਖ ਲਵੋ ਅਤੇ ਫਿਰ ਅਸੀਂ ਤੁਹਾਨੂੰ ਇਸ ਦੀ ਪੂਰੀ ਜਾਣਕਾਰੀ ਵੀ ਦਿੰਦੇ ਹਾਂ। ਤੁਹਾਨੂੰ ਦੱਸ ਦਈਏ ਦੋਸਤੋ ਕਿ ਇਹ ਖਬਰ ਯੂਪੀ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਔਰਤ ਆਪਣੀ ਧੀ ਦੇ ਵਿਆਹ ਦੇ ਵਿੱਚ ਖੂਬ ਡਾਂਸ ਕਰ ਰਹੀ ਹੁੰਦੀ ਹੈ ਅਤੇ ਕੁੜੀ ਨੂੰ ਵਿਆਹਣ ਆਈ ਬਰਾਤ ਵਿੱਚ ਮੁੰਡੇ ਵਾਲੇ ਨੂੰ ਮਾਂ ਦਾ ਡਾਂਸ ਕਰਨਾ ਪਸੰਦ ਨਾ ਆਇਆ। ਦਰਅਸਲ ਤੁਹਾਨੂੰ ਦੱਸ ਦਈਏ ਦੋਸਤੋ ਕਿ ਮੁੰਡੇ ਵਾਲਿਆਂ ਦਾ ਕਹਿਣਾ ਸੀ ਕਿ ਕੁੜੀ ਦੀ ਮਾਂ ਸ਼ਰਾਬ ਪੀ ਕੇ ਡਾਂਸ ਕਰ ਰਹੀ ਹੈ ਅਤੇ ਨਾਲ ਹੀ ਮੁੰਡੇ ਵਾਲਿਆਂ ਨੇ ਇਹ ਵੀ ਇਲਜ਼ਾਮ ਲਗਾਏ ਸਨ ਕਿ ਕੁੜੀ ਦੀ ਮਾਂ ਸਿਗਰਟ ਵੀ ਪੀਂਦੀ ਸੀ ਅਤੇ ਉਸ ਤੋਂ ਬਾਅਦ ਫਿਰ ਕੁੜੀ ਦੀ ਮਾਂ ਨੂੰ ਡੀਜੇ ਤੇ ਖੂਬ ਨੱਚਦੇ ਦੇਖ ਕੇ ਮੁੰਡੇ ਵਾਲਿਆਂ ਨੇ ਵਿਆਹ ਕਰਾਉਣ ਤੋਂ ਹੀ ਇਨਕਾਰ ਕਰ ਦਿੱਤਾ। ਕੁੜੀ ਦੀ ਮਾਂ ਦੇ ਡਾਂਸ ਨੇ ਅਜਿਹਾ ਕਾਰਾ ਕੀਤਾ ਕਿ ਮੁੰਡੇ ਵਾਲਿਆਂ ਨੇ ਵਿਆਹ ਨੂੰ ਸਾਫ਼ ਇਨਕਾਰ ਕਰ ਦਿੱਤਾ। ਦੋਸਤੋ ਤੁਸੀਂ ਕਹਿਣਾ ਚਾਹੋਗੇ ਇਸ ਮਾਮਲੇ ਬਾਰੇ, ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀ ਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ। ਜਲਦੀ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਖਬਰ ਦੇ ਨਾਲ।